आज दिन चढ़िया तेरे रंग वरगा, फूल सा है खिला आज दिन। लिली बचा के पांडी साहब जा रहे ना साढ़े बारिश हो रही है तो नाल चंद्रा भी पै रहा है, मतलब मौसम बड़ा ठंडा हो रहा है। ये नाल चंद्रे नाल मौसम बहुत चेंज हो जाना है, सर्दी बहुत तेज हो जानी है। मैं ना बहुत बड़ी होगी पे रोड़ा पैसे नहीं लगा, पता नहीं क्यों लगे इसके बारे में उसपर रामद जिला साढ़ा माल जरा रुख थले में दो मजा तूत थले भजनिया ने और जी मज सुई है वह कट्ठे नाल लपड़ा थले भजनी है। उन्दे उत्ते तरपाल पाइए अज ही असा मौसम खराब होया। मैं मझी के थले डपड़े थले खलोता तो मैं ना पता नहीं की आवाज़ आ रही है उसको की शायद बाहर निकल के देखा तो कम तो बड़ा हैवी होया पे है। अस इतने ही खिलौने जब तक नहीं रुकना अगर हूँ साड़ी भी हिम्मत नहीं पी पी ऐसा बंटे ही बंटे ऐसा है। सीन बन गया इस टाइम माड़े डपड़े थले आई तो बीजन लग पी, बारिश तेज हो गई नंबर बन छड़िया बकरियां फिर सैड से हो गई ने अपने बन बनाई हुई जगह जी और रुझ गई है। तो हम इस गर्मियां चाह छड़िया ने दोबारा सैट कर इस टाइम एयर कंडीशन है कि मज पर गुट्ठे किले बन किले तो बनी गए बिशकार बकरी उरां भी बकरी ते कट्टा जी वाली उरां ने कट्टा ने पर बनी गए तो मझी ने तंग करता थले पाँदा और जे बकरी ने इस वजह तो मजबूरी नाल इत्थे बनना पे है। बकरी भी बेचारी परेशान उत्थे नेड़े नहीं बन सकते क्योंकि वह बैटरी नाल तंग करना इन्हें एक एक दी जगह सोने आई बची समान सब सुते पे हम सवेरे सवेरे इंशाल्लाह बहुत ज्यादा कुछ जुगाड़ करना है तां बाद बारिशां ते रहणियां ने अगो बारिश लगी है जोर शोर नाल बल्कि शोर ही रह गया जोर टुट गया मोटरसाइकिल असं बाहर खड़ा कर छड़िया इन्हें प्लग ते ना छापर दे छड़िया हूँ स्टार्ट करना है जाना घर तो तंग ना होके जाइए। तो पानी इंज हो पाया ना चंद्रे की वजह तो यख बनया पै लंदन वैदर बनया पै पैर नहीं रखने पे पानी बिच बदल चमकारे मार रहा है। ये तो घर मेरा भी जाने दिल नहीं करता मैं भेज जाना है आवाम आ रही जड़ी बेचारी इंतजार कर करके बारिश खड़ोवे तो निकल दे आखिरकार निकल पई है।
ਅੱਜ ਦਿਨ ਚੜ੍ਹਿਆ ਤੇਰੇ ਰੰਗ ਵਰਗਾ ਫੁੱਲ ਸਾ ਹੈ ਖਿਲਾ ਅੱਜ ਦਿਨ। ਅਸਲਾਮ ਵਾਲੇਕਮ ਮਿੱਠਿਆਂ, ਕੀ ਹਾਲ ਚਾਲ ਨੇ ਤੁਹਾਡੇ? ਅੱਜ ਮਾਸ਼ਾਅੱਲਾ ਮੌਸਮ ਬੜਾ ਪਿਆਰਾ ਬਣੀ ਹੈ, ਰਾਤੀ ਬਾਰਿਸ਼ ਲੱਗੀ ਰਹੀ ਹੈ, ਦੋ ਰਾਤੀ ਲਗਾਤਾਰ ਬਾਰਿਸ਼ ਹੁੰਦੀ ਰਹੀ ਹੈ ਅਤੇ ਧੁੱਪ ਬੜੀ ਪਿਆਰੀ ਨਿਕਲ ਰਹੀ ਹੈ। ਕਿਵੇਂ ਆਉਂਦੇ ਨੇ ਬਾ ਅਨਬਿਆਨੇਬਲ ਹੈ ਮੌਸਮ ਅੱਜ ਦਾ। ਬਾਰਿਸ਼ ਹੋਣ ਨਾਲ ਅੱਜ ਤੇ ਸਵੈਤਲ ਆਈ, ਸਾਰੀਆਂ ਫਸਲਾਂ ਚਮਕ ਗਈਆਂ, ਲਿਸ਼ਕਾਰੇ ਮਾਰ ਰਹੀਆਂ ਨੇ, ਨਾਲੇ ਮੱਠੀ ਮੱਠੀ ਹਵਾ ਵੀ ਚੱਲੀ ਹੈ ਅਤੇ ਨੀਲਾ ਆਸਮਾਨ ਵਾਹ ਨਜ਼ਰ ਆ ਰਿਹਾ। ਅੱਗੇ ਹੀ ਬਦਲੀਆਂ ਹੁੰਦੀਆਂ ਨੇ, ਧੁੱਪ ਮਾੜੀ ਮਾੜੀ ਨਿਕਲਦੀ ਹੈ। ਹੁਣ ਜਿੱਥੇ ਜਿੱਥੇ ਕੋਈ ਬਦਲੀ ਹੈ ਉਹ ਚਮਕ ਰਹੀ ਹੈ ਸਾਹਮਣੇ। ਧੁੱਪ ਵੀ ਇੰਝ ਜਿਵੇਂ ਸਰਦੀਆਂ ਜੋ ਬੰਦ ਹੁੰਦੀਆਂ, ਜਿਸ ਟਾਈਮ ਰੀਝੇ ਦੀ ਧੁੱਪ ਨਿਕਲਦੀ ਹੈ, ਅੱਜ ਉਂਝ ਦੀ ਧੁੱਪ ਹੈ। ਰੋਜ਼ ਦਾਨ ਵੀ ਖਾਂਦੇ ਹਾਂ ਕਿ ਚੰਦਰੇ ਨਾਲ ਕੀ ਨੁਕਸਾਨ ਹੋਇਆ, ਹਾਲ ਕੀ ਹੋਇਆ ਪਿਆ। ਟੋਟੀ ਬਾਜਰਾ ਜਿੰਦਾ ਹਾਲ ਬਿਆਲ ਹੋਇਆ ਪਿਆ, ਦਿਸਿਆ ਪਿਆ ਲਵੇ ਨਾ ਥੱਲੇ। ਕਮਾਦ ਸਾਡੀਆਂ ਡੇਰਿਆਂ 'ਚ ਸਭ ਤੋਂ ਜ਼ਿਆਦਾ ਪਾਵਰਫੁੱਲ ਆਈ, ਤਕੜਾ ਆਈ, ਜਿੰਨਾ ਕਾਤਾਵਰ ਆਈ, ਜਿੰਨਾ ਭਾਵੇਂ ਇਸਤਰੀ ਫਿਰੀ ਪਈ ਹੈ ਇਹਨਾਂ ਦੇ ਵੀ। ਹਵਾ ਬੜੀ ਤੇਜ਼ ਆਈ, ਇਹ ਸਾਗ ਨੇ ਜਿਹੜੇ ਗਿੰਝ ਹੋਏ ਪਏ ਨੇ, ਵੀ ਜਿਵੇਂ ਨਾਲ ਉੱਡ ਗਿਆ ਨਾ ਕਿ ਹੈ ਚੰਦਰੇ ਨਾਲ ਇਹਨਾਂ ਦਾ ਵੀ ਬੁਰਾ ਹਾਲ ਹੋਇਆ। ਇਹ ਬਾਈਕ ਆਇਆ ਕੋਈ ਨਹੀਂ, ਬਾਰਿਸ਼ ਨਹੀਂ ਉਡੀਕ ਕਰ ਰਿਹਾ। ਇਹ ਵੇਖੋ ਸਾਗ ਦਾ ਕੀ ਹਾਲ ਹੋਇਆ ਪਿਆ ਚੰਦਰੇ ਨਾਲ, ਕੁਟੀਤਾ ਪਿਆ ਸਾਗ ਸਾਰਾ, ਪੱਠਿਆਂ ਦੀ ਤਬਾਹੀ ਹੋ ਗਈ ਹੈ ਨਾ। ਕਮਾਦ ਫਸਲ ਜਿਹੜੀ ਵੀ ਆਈ ਸਾਰਿਆਂ ਦਾ ਕੱਖ ਨਹੀਂ ਰਿਹਾ, ਅਜੇ ਮੁੰਜੀਆਂ ਨਹੀਂ ਵੇਖੀਆਂ, ਉਹਨਾਂ ਦਾ ਕੀ ਹਾਲ ਹੋਇਆ। ਇੰਝ ਹੋਇਆ ਪਿਆ ਜਿਵੇਂ ਉੱਤੋਂ ਕੁਛ ਹੈ ਲੱਗੀ ਇਹਨਾਂ ਨੇ, ਅਸੀਂ ਸਫਾਈ ਕਰ ਰਹੇ ਹਾਂ ਬਹੁਤ ਪਾਣਾ ਇੱਥੇ, ਇਹ ਜਿਹੜੀ ਸਫਾਈ ਹੋ ਰਹੀ ਹੈ, ਮਿੱਟੀ ਅਤੇ ਟੈਲਾਂ ਕਿੰਨੀਆਂ ਪਈਆਂ ਸਾਰੀਆਂ, ਇਹ ਚੁੱਕ ਕੇ ਬਾਹਰ ਵਗਾ ਰਹੇ ਹਾਂ। ਇਹ ਕੋਠਾ ਸਾਫ ਕਰਕੇ ਬਹੁਤ ਇੱਥੇ ਪਾਣੀ ਕਰਕੇ ਆਪਣਾ ਵਿਹਲਾ ਹੋਵੇ, ਅਤੇ ਬਾਰਿਸ਼ ਪਤਾ ਨਹੀਂ ਕਿਤੇ ਨਹੀਂ ਹੋਈ, ਅਤੇ ਲੱਕੜ ਲੱਕੜ ਸਾਡਾ ਮਾਲ ਜਿਹੜਾ ਨਾ ਉਹ ਸਕੂਨ ਨਾਲ ਭਰ ਸਕੇ, ਉੱਥੇ ਜਗ੍ਹਾ ਬਣਾਉਣ ਵਾਸਤੇ। ਇਹ ਰੱਖ ਡੇਢ ਸਾਰਾ ਪਹਿਲਾਂ ਤਕਰੀਬਨ ਘੰਟਾ ਅੱਗੇ ਹੋ ਗਿਆ, ਸਾਨੂੰ ਦੋ ਦੋ ਘੰਟੇ ਸਾਨੂੰ ਹੋਰ ਲੱਗ ਜਾਣੇ ਸਫਾਈ ਕਰਨ ਦੇ ਲਈ। ਬਰਫ ਚੜ ਗਿਆ ਨਿੱਕੇ, ਸਫਾਈ ਮੁਕੰਮਲ ਹੋ ਗਈ ਹੈ, ਮਾਸ਼ਾਅੱਲਾ ਬੰਬੇ ਨਿਕਲ ਗਏ ਨੇ। ਇੱਥੇ ਹੁਣ ਸਾਨੂੰ ਲਿਆ ਕੇ ਬਹੁਤ ਪਾਣਾ, ਹੁਣ ਬਹੁਤ ਪਾਣੀ ਦਾ ਕੰਮ ਹੈ ਸਾਡੇ ਵਾਸਤੇ, ਮੁਹਿੰਮ ਹੈ ਨਵਾਂ ਚੱਲਿਆ, ਪੱਠੇ ਲੈਣ ਅਤੇ ਪੱਠੇ ਲੈ ਕੇ ਆਵੇ ਤਾਂ ਵਾਪਸ ਫਿਰ ਸ਼ੁਰੂ ਕਰਨਾ ਇਨਸ਼ਾਅੱਲਾ ਬਹੁਤ ਪਾਣਾ। ਇੱਥੇ ਬਹੁਤ ਚੱਦਰ 'ਚ ਪਾਣਾ ਸ਼ੁਰੂ ਕਰ ਦਿੱਤੇ ਹੈ, ਜਿਤਨਾ ਜਿਤਨਾ ਆ ਸਕਿਆ ਆਸਾਨੀ ਨਾਲ ਉਤਨਾ ਉਤਨਾ ਲੱਦਣਾ ਲੱਦ ਕੇ, ਅਤੇ ਗੱਡੀ ਬਾਹਰ ਰੈਡੀ ਹੈ ਸਾਡੀ। ਤਕਰੀਬਨ ਛੇ ਫੇਰੇ ਹੋ ਗਏ ਨੇ, ਛੇ ਫੇਰੇ ਸਾਨੂੰ, ਛੇਵਾਂ ਫੇਰਾ ਹੁਣ ਸਾਨੂੰ, ਮੁਮਕਿਨ ਹੈ ਕਿ ਚਾਰ ਜਾਂ ਤਰੇ ਹੋਰ ਹੋ ਜਾਣ, ਅਤੇ ਇਨਸ਼ਾਅੱਲਾ ਸਾਰਾ ਬੋਰਡ ਵੀ ਜਾਣਾ, ਇਨਸ਼ਾਅੱਲਾ ਮੁੱਕ ਜਾਣਾ, ਬਹੁਤ ਸ਼ਿਫਟਿੰਗ ਕੰਪਲੀਟ ਹੋ ਜਾਣੀ, ਫਿਰ ਸਾਡੀ ਟੈਨਸ਼ਨ ਮੁੱਕ ਜਾਣੀ ਹੈ, ਬਾਰਿਸ਼ ਹੁੰਦੀ ਸਾਹ ਸੁੱਕ ਜਾਂਦਾ ਸਾਡਾ। ਅਸਾਂ ਕਿਹਾ ਇਹ ਜਿੰਨਾ ਜਲਦੀ ਹੋ ਸਕੇ ਕੰਮ ਮੁਕਾ ਲਈਏ।
चुप सी दीवार आखिरी पानी जी चाह के सटनी समान तां इस फिट रहना हून चाहिदा बांह सबां सड़ियां इतनी उच्चियां कौन नहीं जानियां सिरे ते रखी फिट आई हून किस वास्ते डांगी डांगी दा ही ख्याल आई इत्थे जे लाई देने डंडे हून पीढ़ी हो जांदी पानी थल्ले आई हां तां डंडे नहीं लाने डांगी बनांदा पेआ पीढ़ी कर लां हूं जी चिकू मान पहुंच गया लै के बहु तो मैं उस पर पहुंची हूं नवाने वास्ते लेली बचा के इतने पेड़ खराब हो गया मम्मी वेख ला तेरे को पुछ ली सी मैं स्कूटर लैके आया ही नहीं थे पता नहीं कोई आके परका कि मैं सीधा अंदर बढ़िया माशाल्लाह जी कोई नहीं अल्लाह खैर करे दो फेरे और रह गए ने सत फेरे हो गए ने नौ फेरे दो फेरे और रह गए ने उस लड़ाई बनी इतने ही आज कम आई सारा इंजे सन कास चढ़ी जाए हार लॉस Thank you.